ਦੇਖਦੇ ਨਹੀਂ ਹੈਗੇ, ਗੱਡੀ ਨੂੰ ਕਾਊਂਟਰ 'ਤੇ ਨਹੀਂ ਲੱਗਣ ਦਿੰਦੇ ਹੈਗੇ, ਗੱਡੀ ਬੈਕ ਹੁੰਦੀ ਹੈ ਤਾਕੀਆਂ 'ਤੇ ਲੜਕੇ ਦਿੰਦੇ ਨੇ, ਬੈਕ ਹੱਥਾਂ 'ਚੋਂ ਲੜਕੇ ਦਿੰਦੇ ਨੇ ਲੇਡੀਜ਼ ਜਿੰਨੀ ਹੈਗੀਆਂ, ਫਿਰ ਡਰਾਈਵਰ 'ਤੇ ਸਾਰਾ ਕਸੂਰ ਨਿਕਲਦਾ ਆ। ਕੰਮ ਵਾਲੀਆਂ ਜਨਾਨੀਆਂ ਲੇਡੀਜ਼ ਉਹੀ ਰਹਿ ਗਈਆਂ ਆਉਣ ਵਾਲੀਆਂ, ਜਿਹੜੀਆਂ ਉੱਦਾਂ ਆਉਂਦੀਆਂ ਸੀ ਲਾਟਰੀ ਲੂਟਰੀ ਪਾਉਣ ਇੱਥੇ ਜਾਂ ਕੱਪੜੇ ਲੈਣ, ਉਹ ਕੰਮ ਘੱਟ ਗਿਆ ਹੁਣ। 20-20 ਰੁਪਏ ਇਕੱਠੇ ਕਰਕੇ 25-25 ਬੁੜੀਆਂ ਆ ਜਾਂਦੀਆਂ ਇੱਥੇ ਗਾਂਧੀ ਲਾਟਰੀ ਵਾਲਿਆਂ ਦੇ ਲਾਟਰੀ ਪਾਉਣ, ਹੋਰ ਇੱਥੇ ਤੁਰੀਆਂ ਹੁੰਦੀਆਂ ਤਾਂ ਇੱਧਰੋਂ ਕਿੱਧਰ ਚੱਲੀਆਂ ਲਾਟਰੀ ਪਾ ਕੇ ਆਈਆਂ ਪੁੱਤ, ਉਹ ਕਿਸਮਤ ਵੀ ਜਮਾਉਂਦੀਆਂ ਨਾਲ ਆਧਾਰ ਕਾਰਡ ਦੇ। ਜਨਾਨੀਆਂ ਕਹਿਣਾ ਮੰਨਦੇ ਨਹੀਂ ਆ, ਗਿਰਦੀਆਂ ਸਵਾਰੀ ਨੁਕਸਾਨ ਹੁੰਦਾ, ਜਾਨੀ ਨੁਕਸਾਨ ਹੁੰਦਾ, ਉਹਦੇ ਕਰਕੇ ਦਿੱਕਤ ਆ ਰਹੀ ਹੋਊਗੀ। ਪ੍ਰਾਈਵੇਟ ਵਾਲੇ ਵੀ ਬਸ ਲਾਗੂ ਦੇ ਸਾਰੇ ਵਾਸਤੇ ਹੀ, ਚਾਹੇ ਪ੍ਰਾਈਵੇਟ ਹੈ ਚਾਹੇ ਉਹ ਸਰਕਾਰੀ ਗੱਡੀ ਹੈ। ਦੇਖੋ ਜੀ, ਇਹ ਸਹੂਲਤ ਦਿੱਤੀ ਆ ਸਰਕਾਰ ਨੇ ਤਾਂ ਸਹੂਲਤ ਦੇ ਨਾਲ ਨਾਲ ਬੱਸਾਂ ਵੀ ਦੇਣੀਆਂ ਚਾਹੀਦੀਆਂ, ਨਾ ਕਿਸੇ ਗੱਡੀ ਨੂੰ ਟਾਇਰ ਆਉਣ, ਤੁਸੀਂ ਆ ਬੱਸ ਦੇ ਸਾਡੀ ਦੇ ਟਾਇਰ ਦੇਖ ਲਓ, ਜਿਹਦੇ ਵਿੱਚ 100 ਸਵਾਰੀ ਹੋਊਗੀ, ਇਹ 100 ਸਵਾਰੀ ਦਾ ਵਜਨ ਲੈ ਕੇ ਤੁਰਨ ਵਾਲਾ ਟਾਇਰ ਨਹੀਂ ਹੈਗਾ। ਜਮਾਂ ਖਤਮ ਆ ਜੀ, ਚਾਹੇ ਤਾਂ ਕਿੱਡੀ ਕਿੱਡੀਆਂ ਗਲੀਆਂ ਨਿਕਲੀਆਂ ਪਈਆਂ ਇਹਦੇ 'ਚ, ਭੱਜਿਆ ਪਿਆ ਜੀ, ਮਨਿਆਦ ਖਤਮ ਆ ਜੀ। ਮਤਲਬ ਸਵਾਰੀਆਂ ਨੇ ਜਿਹੜੀਆਂ ਰਿਸਕ ਤੇ ਜਾਂਦੀਆਂ ਨੇ, ਕਿਸੇ ਵੀ ਟਾਈਮ ਤੇ ਟਾਇਰ ਫਟ ਸਕਦਾ। ਹਾਂਜੀ, 120 ਸਵਾਰੀਆਂ ਚੜ ਜਾਂਦੀਆਂ ਨੇ, ਸਾਡੇ ਕੋਲ ਜਗ੍ਹਾ ਹੀ ਨਹੀਂ, ਅਸੀਂ ਵੀ ਕਿੱਥੋਂ ਚੜਾਵਾਂਗੇ। ਹੁਣ ਸਵਾਰੀ ਹੈ ਉਹ ਘਰ ਤੋਂ ਆਪਣਾ ਸਮਾਂ ਉਸ ਹਿਸਾਬ ਨਾਲ ਬਣਾ ਕੇ ਚੱਲੀਏ ਵੀ ਮੈਂ ਆਪਣੀ ਜਗ੍ਹਾ 'ਤੇ ਇਸ ਟਾਈਮ ਪਹੁੰਚ ਜੂੰ, ਪਰ ਕੀ ਇਹ ਬੱਸ ਦੇ ਵਿੱਚ ਚੜ੍ਹਨ ਲਈ ਜਗ੍ਹਾ ਹੀ ਨਹੀਂ, ਨਾ ਉਹਨੂੰ ਅਸੀਂ ਚੜਾ ਸਕਦੇ ਹਾਂ। ਹੁਣ ਉਸ ਤੋਂ ਬਾਅਦ ਜਿੰਨਾ ਲੇਟ ਹੋਊਗਾ ਉਹ ਅਗਲਾ ਪਰੇਸ਼ਾਨ ਹੋਊਗਾ, ਕੀ ਪਤਾ ਅਗਲਾ ਆਪਣੇ ਕਿਹੋ ਜਿਹੇ ਕੰਮ ਚੱਲਿਆ ਹੈ, ਸਕਦਾ ਹੈ ਕੋਈ ਆਪਣੇ ਕੋਰਟ ਕਚਹਿਰੀ ਤਰੀਕ ਹਸਪਤਾਲ ਚੱਲਿਆ ਪਹੁੰਚ ਹੀ ਨਾ ਸਕੇ, ਤਾਂ ਚਾਹੀਦਾ ਹੈ ਵੀ ਲੋੜ ਮੁਤਾਬਕ। ਦੇਖੋ ਜੇ ਗੱਡੀ ਕੋਲ 10 ਮਿੰਟ ਆ, ਇਹ ਦੋ ਦੋ ਗੱਡੀਆਂ ਦੇ ਟਾਈਮ ਲਈ ਫਿਰਦੀਆਂ, ਕਈ ਗੱਡੀਆਂ ਹੀ ਹੈਣਗੀਆਂ। ਬੀਬੀਆਂ ਆਧਾਰ ਕਾਰਡ ਵੀ ਬੀਬੀਆਂ ਨੇ ਤੋੜੇ ਹੋਏ ਨੇ ਸ਼ੀਸ਼ੇ, ਇਹ ਭਰ ਭਰ ਕੇ ਜਾਂਦੀ ਗੱਡੀਆਂ, ਉਹ ਖੁੱਲ੍ਹ ਦੇਣੀ ਸ਼ੀਸ਼ੇ। ਸਾਡੇ ਪ੍ਰਾਈਵੇਟ 'ਚ ਜਿਹੜੀਆਂ ਬੱਸਾਂ, ਇਹਨਾਂ 'ਚ ਵੀ 4 ਸਵਾਰੀਆਂ ਚੜ੍ਹ ਲੈਣਗੀਆਂ। ਅੱਗੇ ਤਾਂ ਬਹੁਤ ਔਖਾ ਸੀ ਕੰਮ ਜੀ, ਡੀਜ਼ਲ ਵੀ ਨਹੀਂ ਇਹਨਾਂ ਦਾ ਪੂਰਾ ਹੁੰਦਾ ਸੀਗਾ, ਉਹ 'ਚ ਹੁਣ 100 ਸਵਾਰੀ ਹੁੰਦੀ ਸੀ, 10-10 ਸਵਾਰੀਆਂ ਹੁੰਦੀਆਂ ਸੀ, ਅਤੇ ਹੁਣ ਚਲੋ ਜੇ ਬਰਾਬਰ ਚੱਲਿਆ ਕੰਮ ਤਾਂ ਠੀਕ ਆ ਜੀ, ਤਾਂ ਅਸੀਂ ਤਾਂ ਧੰਨਵਾਦ ਕਰਦੇ ਹਾਂ ਜੀ। ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ, ਮੈਂ ਈਸ਼ਾ, ਇਸ ਵਕਤ ਅਸੀਂ ਲੁਧਿਆਣਾ ਦੇ ਬੱਸ ਸਟੈਂਡ ਦੇ ਵਿੱਚ ਮੌਜੂਦ ਹਾਂ, ਜਿੱਥੇ ਤੁਹਾਨੂੰ ਦੱਸ ਦਈਏ ਕਿ ਜਿਹੜੇ ਸਟਿੱਕਰ ਨੇ ਉਹ ਬੱਸਾਂ ਦੇ ਉੱਤੇ ਲਗਾ ਦਿੱਤੇ ਗਏ ਨੇ, PRTC ਬੱਸ ਆ ਜਿਹਦੇ ਉੱਤੇ ਲਿਖ ਕੇ ਲਗਾ ਦਿੱਤਾ ਗਿਆ ਹੈ, ਕਿਰਪਾ ਕਰਕੇ ਯਾਤਰੀ ਧਿਆਨ ਦੇਣ, ਇਸ ਬੱਸ 'ਚ ਸੀਟਾਂ ਅਨੁਸਾਰ ਹੀ ਸਵਾਰੀਆਂ ਬੈਠਣ ਜੀ, ਸੀਟਾਂ ਤੋਂ ਵੱਧ ਸਵਾਰੀਆਂ ਦਾ ਸਫ਼ਰ ਕਰਨਾ ਗੈਰ ਕਾਨੂੰਨੀ ਹੈ। ਅਤੇ ਤਸਵੀਰਾਂ ਤੁਹਾਡੇ ਸਾਹਮਣੇ ਨੇ ਕਿ ਕਿਸੇ ਵੀ ਯਾਤਰੀ ਨੂੰ ਜਿਹੜੇ ਕਿ ਸੀਟਾਂ ਤੋਂ ਵੱਧ ਆ ਜਿਹੜੇ ਕਿ ਯਾਤਰੀ ਬੱਸਾਂ ਦੇ ਵਿੱਚ ਨਹੀਂ ਬਿਠਾਏ ਜਾ ਰਹੇ, ਜਿੰਨੀਆਂ ਸੀਟਾਂ ਨੇ ਉਨੇ ਹੀ ਯਾਤਰੀ ਨੇ ਜਿਹੜੇ ਉਹ ਬੱਸ ਦੇ ਵਿੱਚ ਬਿਠਾਏ ਜਾਣਗੇ, ਅਤੇ ਸੀਟਾਂ ਤੋਂ ਵੱਧ ਕੋਈ ਵੀ ਯਾਤਰੀ ਆ ਜਿਹੜਾ ਕਿ ਨਹੀਂ ਬਿਠਾਇਆ ਜਾਵੇਗਾ, ਕੋਈ ਯਾਤਰੀ ਖੜ੍ਹਾ ਨਹੀਂ ਹੋਏਗਾ ਜਾਂ ਕੋਈ ਵੀ ਸੀਟਾਂ ਤੋਂ ਵੱਧ ਯਾਤਰੀ ਇੱਥੇ ਬੈਠੇ ਨਹੀਂ ਤੁਹਾਨੂੰ ਨਜ਼ਰ ਆਉਣਗੇ। ਜੇ 52 ਸੀਟਰ ਬੱਸ ਆ ਤਾਂ 52 ਜਿਹੜੇ 52 ਸੀਟਰ ਬੱਸ ਦੇ ਵਿੱਚ 52 ਸਵਾਰੀਆਂ ਹੀ ਤੁਹਾਨੂੰ ਨਜ਼ਰ ਆਉਣਗੀਆਂ, ਅਤੇ ਇੱਥੇ ਤੁਸੀਂ ਤਸਵੀਰਾਂ ਵੇਖ ਸਕਦੇ ਹੋ। ਸਰ, ਪੋਸਟਰ ਤੁਹਾਡੇ ਵੱਲੋਂ ਲਗਾਏ ਗਏ ਨੇ, ਕੀ ਕਹਿਣਾ ਕੰਮ ਹੈ ਮੈਡਮ? ਸੋ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਅਤੇ ਗੱਲਬਾਤ ਕਰਨ ਤੋਂ ਇਹਨਾਂ ਵੱਲੋਂ ਮਨਾਹੀ ਕੀਤੀ ਜਾ ਰਹੀ ਹੈ, ਅਤੇ ਬਾਕੀ ਹੋਰ ਕਿਸੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਉਹਨਾਂ ਦਾ ਕੀ ਕਹਿਣਾ ਇਸ ਦੇ ਬਾਰੇ ਕਿ ਜਿਹੜੇ ਯਾਤਰੀ ਨੇ ਸੀਟਾਂ ਤੋਂ ਵੱਧ ਨਹੀਂ ਬਿਠਾਏ ਜਾਣਗੇ, ਜਿੰਨੀਆਂ ਸੀਟਾਂ ਹੋਣਗੀਆਂ ਬੱਸ ਦੇ ਵਿੱਚ ਉਨੇ ਹੀ ਯਾਤਰੀ ਨੇ ਜਿਹੜੇ ਬਿਠਾਏ ਜਾਣਗੇ, ਕਿਉਂਕਿ ਪਹਿਲਾਂ ਜਦੋਂ ਜਿਵੇਂ ਵੇਖਿਆ ਜਾਂਦਾ ਹੈ ਕਿ ਬੱਸਾਂ ਨੇ ਜਿਹੜੀਆਂ ਭਰੀਆਂ ਹੁੰਦੀਆਂ ਸੀ, ਬਾਹਰ ਤੱਕ ਲੋਕ ਲਟਕਦੇ ਹੁੰਦੇ ਸੀ, ਅਤੇ ਹੁਣ ਇਹਨਾਂ ਵੱਲੋਂ ਇੱਕ ਵੱਡਾ ਫੈਸਲਾ ਲਿੱਤਾ ਗਿਆ, ਹਰ ਇੱਕ PRTC ਬੱਸ ਦੇ ਬਾਹਰ ਪੋਸਟਰ ਲਗਾ ਦਿੱਤਾ ਗਿਆ ਜਿਸ 'ਤੇ ਲਿਖਿਆ ਗਿਆ ਹੈ ਕਿ ਜਿੰਨੀਆਂ ਸੀਟਾਂ ਨੇ ਉਨੇ ਹੀ ਸਵਾਰੀ ਹੈ ਜਿਹੜੀ ਕਿ ਬੱਸ ਦੇ ਵਿੱਚ ਬਿਠਾਈ ਜਾਏਗੀ, ਕੋਈ ਵੀ ਸਵਾਰੀ ਹੈ ਜਿਹੜੀ ਸੀਟ ਤੋਂ ਵੱਧ ਨਹੀਂ ਹੋਏਗੀ, ਕੋਈ ਵੀ ਖੜ੍ਹਾ ਹੋਇਆ ਬੱਸ ਦੇ ਵਿੱਚ ਨਜ਼ਰ ਨਹੀਂ ਆਏਗਾ। ਸਰ, ਬੱਸਾਂ ਦੇ ਉੱਤੇ ਸਟਿੱਕਰ ਲਗਾ ਦਿੱਤੇ ਗਏ ਨੇ ਕਿ ਜਿਹੜੀਆਂ ਸੀਟਾਂ ਨੇ ਜਿੰਨੀਆਂ ਉਨੀਆਂ ਸਵਾਰੀ ਚੜੂਗੀ, ਅਤੇ ਇਹਨੇ ਕਿਵੇਂ ਵੇਖਦੇ ਹੋ ਇਸ ਫੈਸਲੇ ਨੂੰ? ਫੈਸਲਾ ਸਰਕਾਰ ਨੇ ਜੋ ਮੁੱਕਿਆ ਕੁਛ ਸੋਚ ਵੀ ਕੀਤਾ ਹੋਏਗਾ, ਵੈਸੇ ਵੀ ਓਵਰਲੋਡ ਹੋ ਜਾਂਦੀ ਆ, ਜਨਾਨੀਆਂ ਕਹਿਣਾ ਮੰਨਦੇ ਨਹੀਂ ਆ,
ਗਿਰਦੀਆਂ ਸਵਾਰੀ ਨੁਕਸਾਨ ਹੁੰਦਾ, ਜਾਨੀ ਨੁਕਸਾਨ ਹੁੰਦਾ, ਉਹਦੇ ਕਰਕੇ ਦਿੱਕਤ ਆ ਰਹੀ ਹੋਣੀ ਜੀ। ਸਰਕਾਰੀ ਬੱਸਾਂ ਦੇ ਤਾਂ ਲਗਾ ਦਿੱਤੇ ਗਏ ਨੇ ਤੇ ਪ੍ਰਾਈਵੇਟ ਵਾਲਿਆਂ ਨੂੰ ਪ੍ਰਾਈਵੇਟ ਵਾਲੇ ਵੀ ਬਸ ਲਾਗੂ ਦੇ ਸਾਰੇ ਵਾਸਤੇ ਹੈ, ਚਾਹੇ ਪ੍ਰਾਈਵੇਟ ਹੈ ਚਾਹੇ ਉਹ ਸਰਕਾਰੀ ਗੱਡੀ ਹੈ। ਪ੍ਰਾਈਵੇਟ ਤੇ ਪਹਿਲੇ ਸਵਾਰੀ ਉੱਨੀ ਕੁ ਚੜ੍ਹਦੀ ਹੈ, ਓਵਰਲੋਡ ਦਾ ਮਤਲਬ ਨਹੀਂ ਮੰਨਦਾ ਕਿ ਓਵਰਲੋਡ ਕਰ ਲਓ ਜੀ। ਆਧਾਰ ਕਾਰਡ ਦੇ ਕਰਕੇ ਜ਼ਿਆਦਾ ਸਵਾਰੀ ਹੈ ਜਿਹੜੀ ਸਰਕਾਰੀ ਬੱਸ 'ਚ ਬਹਿੰਦੀ ਸੀ। ਬਿਲਕੁਲ ਬਿਲਕੁਲ ਦੇਖਦੇ ਨਹੀਂ ਐਵੇਂ ਲੋਕੀ, ਬਿਲਕੁਲ ਵੀ ਦੇਖਦੇ ਨਹੀਂ ਹੈਗੇ, ਗੱਡੀ ਨੂੰ ਕਾਊਂਟਰ 'ਤੇ ਨਹੀਂ ਲੱਗਣ ਦਿੰਦੇ ਹੈਗੇ, ਗੱਡੀ ਬੈਕ ਹੁੰਦੀ ਹੈ ਤਾਕੀ 'ਤੇ ਲੜ ਕੇ ਦਿੰਦੇ ਨੇ, ਬੈਕ ਹੱਥਾਂ 'ਚੋਂ ਲੜ ਕੇ ਦਿੰਦੇ ਨੇ, ਲੇਡੀਜ਼ ਜਿੰਨੀ ਹੈਗੀਆਂ ਫਿਰ ਡਰਾਈਵਰ 'ਤੇ ਸਾਰਾ ਕਸੂਰ ਨਿਕਲਦਾ ਆ। ਇਸ ਕਰਕੇ ਵਧੀਆ ਇਹ 52 ਸਵਾਰੀਆਂ ਅਲੋਟ ਹੋਣੀਆਂ ਚਾਹੀਦੀਆਂ ਨੇ, ਵਧੀਆ ਜੀ ਸਾਰਿਆਂ ਲਈ। ਸੋ ਇਹ ਤਸਵੀਰ ਤੁਹਾਡੇ ਸਾਹਮਣੇ ਹੈ ਜਿੱਥੇ ਤੁਸੀਂ ਵੇਖ ਸਕਦੇ ਹੋ ਕਿ ਬੱਸਾਂ ਦੇ ਉੱਤੇ ਜਿਹੜੇ ਸਟਿੱਕਰ ਨੇ ਉਹ ਲਗਾ ਦਿੱਤੇ ਗਏ ਨੇ, ਜਿਨ੍ਹਾਂ ਵਿੱਚ ਸਾਫ਼ ਤੌਰ 'ਤੇ ਲਿਖਿਆ ਹੋਇਆ ਹੈ ਕਿ ਕਿਰਪਾ ਕਰਕੇ ਯਾਤਰੀ ਧਿਆਨ ਦੇਣ, ਇਸ ਬੱਸ 'ਚ ਸੀਟਾਂ ਅਨੁਸਾਰ ਹੀ ਸਵਾਰੀਆਂ ਬੈਠਣ ਜੀ, ਸੀਟਾਂ ਤੋਂ ਵੱਧ ਸਵਾਰੀਆਂ ਦਾ ਬੈਠਣਾ ਅਤੇ ਖੜ੍ਹਨਾ ਗੈਰ ਕਾਨੂੰਨੀ ਹੈ। ਪੰਜਾਬ ਟਰਾਂਸਪੋਰਟ ਵਿਭਾਗ ਦੇ ਵੱਲੋਂ ਧਾਰਾ 353 ਭਾਰਤੀ ਪੈਨਲ ਕੋਡ ਵਿੱਚ ਇਹ ਜਿਹੜਾ ਫੈਸਲਾ ਵਾ ਉਹ ਲਿੱਤਾ ਗਿਆ ਵਾ ਅਤੇ ਬੱਸਾਂ ਦੇ ਉੱਤੇ ਸਟਿੱਕਰ ਲਗਾ ਦਿੱਤੇ ਗਏ ਨੇ, ਸਰ ਕਿਵੇਂ ਵੇਖਦੇ ਹੋ ਇਸ ਫੈਸਲੇ? ਦੇਖੋ ਜੀ, ਇਹ ਸਹੂਲਤ ਦਿੱਤੀ ਆ ਸਰਕਾਰ ਨੇ, ਤਾਂ ਸਹੂਲਤ ਦੇ ਨਾਲ ਨਾਲ ਬੱਸਾਂ ਵੀ ਦੇਣੀਆਂ ਚਾਹੀਦੀਆਂ। ਨਾ ਕਿਸੇ ਗੱਡੀ ਨੂੰ ਟਾਇਰ ਆਉਣ, ਤੁਸੀਂ ਆ ਬੱਸ ਦੇ ਸਾਡੀ ਦੇ ਟਾਇਰ ਦੇਖ ਲਓ, ਜੇ ਇਹਦੇ ਵਿੱਚ 100 ਸਵਾਰੀ ਹੋਊਗੀ, ਇਹ 100 ਸਵਾਰੀ ਦਾ ਵਜਨ ਲੈ ਕੇ ਤੁਰਨ ਵਾਲਾ ਟਾਇਰ ਨਹੀਂ ਹੈਗਾ। ਜਿੱਦਾਂ ਦਾ ਦੇਖੋ ਹੁਣ ਇਹ ਬੱਸ ਆ, ਇਹਦੇ ਵਿੱਚ 100 ਸਵਾਰੀ ਕਿੱਥੋਂ ਬੈਠ ਜੂਗੀ ਜਾਂ ਚੜ੍ਹ ਜੂਗੀ? ਸਹੂਲਤ ਦਿੱਤੀ ਆ, ਸਹੂਲਤ ਦੇ ਨਾਲ ਨਾਲ ਬੱਸਾਂ ਵੀ। ਜਿਵੇਂ ਵੀਰ ਨੇ ਕਿਹਾ ਵਾ, ਜਿਵੇਂ ਕਿਹਾ, ਮੈਂ ਇੱਕ ਵਾਰੀ ਜ਼ਰੂਰ ਟਾਇਰ ਦਿਖਾਉਣਾ ਚਾਹੂੰਗੀ ਕਿ ਇਸ ਟਾਇਰਾਂ ਦੀਆਂ ਗੱਲਾਂ ਕਰਦੇ ਨੇ, ਕਹਿੰਦੇ ਕਿ ਸਹੂਲਤਾਂ ਵਾ ਜਿਹੜੀਆਂ ਉਹ ਵੀ ਦਿੱਤੀਆਂ ਜਾਣ, ਟਾਇਰ ਦੇ ਹਾਲਾਤ ਵੇਖ ਲਓ ਤੁਸੀਂ ਕਿ ਕਹਿੰਦੇ ਟਾਇਰ ਆ ਜਿਹੜਾ ਕਿ। ਸੋ ਜਿਵੇਂ ਤੁਸੀਂ ਵੇਖਿਆ ਟਾਇਰ ਦੇ ਹਾਲਾਤ ਵੇਖ ਸਕਦੇ ਹੋ, ਇਹ ਟਾਇਰ ਕਦੋਂ ਚੇਂਜ ਹੋਇਆ ਸੀ? ਇਹ ਤਾਂ 3 ਮਹੀਨੇ ਹੋ ਗਏ ਚੱਲਦੇ ਨੂੰ ਜੀ। ਹਾਂਜੀ ਜੀ, ਅਤੇ ਹੁਣ ਬਦਲਣ ਵਾਲਾ ਹੋ ਗਿਆ ਟਾਇਰ? ਜਮਾਂ ਖਤਮ ਆ ਜੀ ਟਾਇਰ ਦਾ, ਕਿੱਡੀ ਕਿੱਡੀਆਂ ਗਲੀਆਂ ਨਿਕਲੀਆਂ ਪਈਆਂ ਇਹਦੇ 'ਚ, ਭੱਜਿਆ ਪਿਆ ਜੀ, ਮਨਿਆਦ ਖਤਮ ਆ ਜੀ। ਮਤਲਬ ਸਵਾਰੀਆਂ ਨੇ ਜਿਹੜੀਆਂ ਰਿਸਕ ਤੇ ਜਾਂਦੀਆਂ ਨੇ, ਕਿਸੇ ਵੀ ਟਾਈਮ ਤੇ ਟਾਇਰ ਫਟ ਸਕਦਾ। ਹਾਂਜੀ, 120 ਸਵਾਰੀਆਂ ਚੜ ਜਾਂਦੀਆਂ ਨੇ ਜੀ ਜੀ। ਤੇ ਹੁਣ ਤੁਹਾਨੂੰ ਕੀ ਲੱਗਦਾ, ਸਰਕਾਰ ਹੈ ਜਿਹੜੀ ਰੂਲ ਤਾਂ ਕੱਢ ਰਹੀ ਹੈ ਲੇਕਿਨ ਸਹੂਲਤਾਂ ਨਹੀਂ ਦੇ ਰਹੀ? ਸਹੂਲਤਾਂ ਦੇ ਰਹੀ ਹੈ ਠੀਕ ਆ, ਪਰ ਉਹਦੀ ਖਾਤਰ ਕੰਮ ਵੀ ਹੋਣਾ ਚਾਹੀਦਾ ਗੱਡੀਆਂ ਦਾ ਜੀ, ਟਾਇਰ ਲੱਗਣੇ ਚਾਹੀਦੇ ਆ, ਗੱਡੀਆਂ ਦਾ ਕੰਮ ਹੋਣਾ ਚਾਹੀਦਾ। ਕਿਸੇ 20 ਸਵਾਰੀਆਂ ਕਿੱਥੋਂ ਲੈ ਜਾਂਗੇ ਜੀ? ਕੀ ਹਾਲਾਤ ਕੀ ਨੇ ਤੁਹਾਡੀ ਬੱਸ ਦੇ? ਹਾਲਾਤ ਟਾਇਰ ਦੇਖ ਲਓ। ਹਾਂਜੀ, ਇਸ ਤੋਂ ਇਲਾਵਾ ਹੋਰ ਕਿਹੜੀਆਂ ਸਹੂਲਤਾਂ ਦੀ ਮੰਗ ਕਰਦੇ ਹੋ ਬੱਸ ਦੇ ਲਈ? ਬੱਸ ਦੇ ਟਾਇਰ ਲੱਗਣੇ ਚਾਹੀਦੇ, ਗੱਡੀਆਂ ਦਾ ਕੰਮ ਹੋਣਾ ਚਾਹੀਦਾ ਪੂਰਾ ਜੀ, ਕਿਸੇ ਦਾ ਸ਼ੀਸ਼ਾ ਡਿੱਗਿਆ ਬਾਕੀ ਦਾ ਕੁਝ ਜੀ ਜੀ। ਮਤਲਬ ਕਾਫੀ ਮਾੜੇ ਹਾਲਾਤ ਨੇ, ਹੈ ਨਾ? ਹਾਲਾਤ ਆ ਜੀ, ਮਾੜੇ ਹਾਲਾਤ ਆ ਜੀ ਜੀ। ਤੇ ਹੁਣ ਜਿਹੜਾ ਰੂਲ ਇਹਨਾਂ ਨੇ ਬਣਾਤਾ ਕਿ ਜਿੰਨੀਆਂ ਸੀਟਾਂ ਉਹਨੇ ਸਵਾਰੀ ਹੋਣੀ ਚਾਹੀਦੀ ਆ, ਉਹ ਠੀਕ ਹੈ? ਹਾਂਜੀ ਠੀਕ ਆ, ਜ਼ਰੂਰ ਦਿੱਤੀਆਂ ਠੀਕ ਹੈ, ਪਰ ਸਵਾਰੀਆਂ ਘੱਟ ਇਹ ਨਹੀਂ ਆਉਣੀਆਂ ਚਾਹੀਦੀਆਂ ਨੇ ਜੀ। ਪਰ ਸਹੂਲਤਾਂ ਵੀ ਤੁਹਾਨੂੰ ਨਾਲ ਦੇਣੀਆਂ ਚਾਹੀਦੀਆਂ, ਮੈਂ ਜ਼ਰੂਰ ਦੇ, ਤੁਸੀਂ ਤਸਵੀਰਾਂ ਦੇਖੀਆਂ ਕਿ ਕਿਸ ਤਰੀਕੇ ਦੇ ਨਾਲ ਗੱਡੀਆਂ ਹੋਰ ਪਾ ਦੇਣ, ਜੇ ਸਹੂਲਤ ਦੀਆਂ ਗੱਡੀਆਂ ਹੋਰ ਪਾ ਦੇਣ। ਹਾਂਜੀ, ਗੱਡੀਆਂ ਹੋਰ ਪਾਉਣੀਆਂ ਚਾਹੀਦੀਆਂ ਨੇ ਗੱਡੀਆਂ ਸਰਕਾਰ ਨੂੰ ਜੀ। ਸਰ ਜਿਵੇਂ ਆਪਾਂ ਕਹਿ ਦਈਏ ਕਿ ਇੱਕ ਗੱਡੀ ਦੇ ਵਿੱਚ ਕਾਫੀ ਯਾਤਰੀ ਨੇ ਜਿਹੜੇ ਚੜ੍ਹ ਜਾਂਦੇ ਸੀ, ਸਵਾਰੀਆਂ ਚੜ੍ਹ ਜਾਂਦੀਆਂ ਸੀਗੀਆਂ, ਹੈ ਨਾ, ਗੱਡੀਆਂ ਦੇ ਵੀ ਟਾਈਮਿੰਗ ਹੈਗੀ ਆ, ਅਤੇ ਜਿੰਨੇ ਕੁ ਇਹਦੇ ਵਿੱਚ ਬਹਿ ਸਕਦੇ ਉਨੇ ਕੁ ਬੈਠਣਗੇ, ਬਾਕੀਆਂ ਨੂੰ ਫਿਰ ਦੂਜੀ ਬੱਸ ਦੇ ਲਈ ਮਤਲਬ ਵੇਟ ਕਰਨੀ ਪਊਗੀ, ਇਹਨਾਂ ਕੁ ਸਵਾਰੀਆਂ ਲਈ ਕਿੰਨਾ ਕੁ ਔਖਾ ਹੋ ਗਿਆ ਇਹਨਾਂ ਚੀਜ਼ਾਂ ਲੈ? ਵੇਖੋ ਜੀ, ਅੱਜ ਕੱਲ੍ਹ ਕਿਸੇ ਵੀ ਬੰਦੇ ਕੋਲ ਟਾਈਮ ਨਹੀਂ ਆ, ਹਰ ਬੰਦਾ ਆਪਣੇ ਟਾਈਮ ਦੇ ਹਿਸਾਬ ਨਾਲ ਚੱਲਿਆ, ਹਰ ਬੰਦੇ ਨੂੰ ਆਪਣੀ ਮੰਜ਼ਿਲ 'ਤੇ ਪਹੁੰਚਣਾ ਹੈ। ਹੁਣ ਸਾਡੇ ਕੋਲ ਜਗ੍ਹਾ ਹੀ ਨਹੀਂ, ਅਸੀਂ ਵੀ ਕਿੱਥੋਂ ਚੜ੍ਹਾਵਾਂਗੇ? ਹੁਣ ਸਵਾਰੀ ਹੈ ਉਹ ਘਰ ਤੋਂ ਆਪਣਾ ਸਮਾਂ ਉਸ ਹਿਸਾਬ ਨਾਲ ਬਣਾ ਕੇ ਚੱਲੀਏ ਵੀ ਮੈਂ ਆਪਣੀ ਜਗ੍ਹਾ 'ਤੇ ਇਸ ਟਾਈਮ ਪਹੁੰਚ ਜੂੰ, ਪਰ ਕੀ ਇਹ ਬੱਸ ਦੇ ਵਿੱਚ ਚੜ੍ਹਨ ਲਈ ਜਗ੍ਹਾ ਹੀ ਨਹੀਂ, ਨਾ ਉਹਨੂੰ ਅਸੀਂ ਚੜ੍ਹਾ ਸਕਦੇ ਹਾਂ। ਹੁਣ ਉਸ ਤੋਂ ਬਾਅਦ ਜਿੰਨਾ ਲੇਟ ਹੋਊਗਾ ਉਹ ਅਗਲਾ ਪਰੇਸ਼ਾਨ ਹੋਊਗਾ, ਕੀ ਪਤਾ ਅਗਲਾ ਆਪਣੇ ਕਿਹੋ ਜਿਹੇ ਕੰਮ ਚੱਲਿਆ ਹੈ, ਹੋ ਸਕਦਾ ਕੋਈ ਆਪਣੇ ਕੋਰਟ ਕਚਹਿਰੀ ਤਰੀਕ ਹਸਪਤਾਲ ਚੱਲਿਆ ਪਹੁੰਚ ਹੀ ਨਾ ਸਕੇ। ਤਾਂ ਚਾਹੀਦਾ ਹੈ ਵੀ ਲੋੜ ਮੁਤਾਬਕ, ਦੇਖੋ ਜੇ ਗੱਡੀ ਕੋਲ 10 ਮਿੰਟ ਆ, ਇਹ ਦੋ ਦੋ ਗੱਡੀਆਂ ਦੇ ਟਾਈਮ ਲਈ ਫਿਰਦੀਆਂ, ਕਈ ਗੱਡੀਆਂ ਹੀ ਹੈਣਗੀਆਂ, ਤਾਂ ਟਾਈਮ ਟੂ ਟਾਈਮ ਬੱਸ ਆਵੇ। ਜੇ ਬੱਸ ਦੇ ਵਿੱਚ 50 ਬੈਠਣਗੀਆਂ, ਇਹ 'ਚ 60 ਵੀ ਬੈਠ ਜਾਣੀਆਂ ਇੱਕ ਟਾਈਮ, ਦੂਸਰੀ ਬੱਸ 5 ਮਿੰਟ ਬਾਅਦ ਆਊਗੀ, ਬਾਕੀ ਸਵਾਰੀਆਂ ਉਸ 'ਚ ਬੈਠ ਜਾਣਗੀਆਂ। ਸਮੇਂ ਦੇ ਨਾਲ ਨਾਲ ਲੋੜ ਮੁਤਾਬਕ ਬੱਸਾਂ ਵੀ ਚਾਹੀਦੀਆਂ ਨਾ,
ਸਵਾਰੀ ਦੀ ਮਜਬੂਰੀ ਆ। ਨਹੀਂ ਲੱਗਦਾ ਕਿ ਜਿਵੇਂ ਕੰਮ ਕਰਦਾ ਜਦੋਂ ਟਾਈਮ ਹੁੰਦਾ ਉਦੋਂ ਬੱਸਾਂ ਦੇ ਵਿੱਚ ਹਨਾ ਕੰਮ ਕਾਜ ਵਾਲੇ ਉਹਨਾਂ ਨੇ ਚੜ੍ਹਨਾ ਹੁੰਦਾ ਜਾਂ ਕਾਲਜ ਦੇ ਸਟੂਡੈਂਟਸ ਨੇ ਚੜ੍ਹਨਾ ਹੁੰਦਾ ਤਾਂ ਆਪਸ ਦੇ ਵਿੱਚ ਉਹਨਾਂ 'ਚ ਝਗੜਾ ਜਾਂ ਕਹਾ ਸੁਣੀ ਵੀ ਹੋ ਸਕਦੀ ਆ, ਧੱਕਾਸ਼ਾਹੀ ਹੋ ਸਕਦੀ ਆ ਵੀ ਪਹਿਲਾਂ ਅਸੀਂ ਬਹਿ ਜਾਈਏ ਸਾਨੂੰ ਸੀਟ ਮਿਲ ਜਾਵੇ। ਇਹ ਤਾਂ ਦੇਖੋ ਨਾ ਜੀ, ਹਰ ਬੰਦੇ ਨੂੰ ਆਪਣਾ ਕੰਮ ਜ਼ਰੂਰੀ ਦੇਖਦਾ, ਮੈਂ ਆਪਣੇ ਕੰਮ ਲਈ ਚੱਲਿਆ, ਮੈਨੂੰ ਆਪਣਾ ਕੰਮ ਜ਼ਿਆਦਾ ਦੇਖ ਰਿਹਾ ਹੈ ਤਾਂ ਜ਼ਰੂਰੀ ਹੈ ਮੈਂ ਆਪਣੇ ਕੰਮ ਨੂੰ ਦੇਖਦਾ, ਕਿਸੇ ਨਾਲ ਧੱਕਾ ਵੀ ਕਰ ਸਕਦਾ, ਹੋ ਸਕਦਾ ਮੈਂ ਕੋਈ ਇਹੋ ਜਿਹੇ ਕੰਮ ਚੱਲਿਆ ਵਿੱਚ ਖੜੀ ਸਵਾਰੀ ਨੂੰ ਧੱਕਾ ਦੇ ਕੇ ਥੱਲੇ ਸੇੜਨੇ ਆ, ਕਿਉਂਕਿ ਹਰ ਬੰਦੇ ਦਾ ਨੇਚਰ ਅਲੱਗ ਅਲੱਗ ਆ। ਕਈ ਬੰਦੇ ਗੁੱਸੇਖੋਰ ਆ, ਕਿਸੇ ਵੀ ਤਰ੍ਹਾਂ ਦੇ ਆ, ਸਵਾਰੀ ਆ, ਸਾਡੇ ਨਾਲ ਘੱਟ ਆ। ਸਵਾਰੀਆਂ ਆਪਸ ਦੇ ਵਿੱਚ ਦਿਨ ਦੇ ਵਿੱਚ 10-10 ਵਾਰ ਗੱਡੀਆਂ ਦੇ ਵਿੱਚ ਲੜਦੀਆਂ ਝਗੜਦੀਆਂ ਨੇ। ਬਜ਼ੁਰਗ ਮਾਤਾ ਨੇ ਵਿਚਾਰੀਆਂ ਇੱਥੇ ਵਾਰੀਆਂ ਦੇ ਵਿੱਚ ਲਮਕਦੀਆਂ ਜਾਂਦੀਆਂ ਨੇ, ਜਿਨ੍ਹਾਂ ਦੀ ਉਮਰ ਘਰਾਂ ਦੇ ਵਿੱਚ ਬੈਠ ਕੇ ਆਰਾਮ ਕਰਨ ਦੀ ਆ, ਉਹਨਾਂ ਨੂੰ ਹੱਦ ਤੋਂ ਜ਼ਿਆਦਾ ਔਖਾ ਹੋਇਆ ਪਿਆ। ਅਤੇ ਹੁਣ ਕਿੱਦਾਂ ਦੀਆਂ ਸਹੂਲਤਾਂ ਦੀ ਮੰਗ ਕਰਦੇ ਹੋ ਸਰਕਾਰ ਤੋਂ? ਅਸੀਂ ਤਾਂ ਇਹ ਕਹਿੰਦੇ ਹਾਂ ਜੀ, ਹਰ ਕੰਮ ਦਾ ਸਿਸਟਮ ਚਾਹੀਦਾ, ਲੋੜ ਮੁਤਾਬਕ ਬੱਸਾਂ ਚਾਹੀਦੀਆਂ, ਟਾਈਮਿੰਗ ਉਸ ਹਿਸਾਬ ਦੀ ਹੋਵੇ, ਹਰ ਬੰਦੇ ਨੂੰ ਸਮੇਂ ਦੇ ਨਾਲ ਬੱਸ ਮਿਲੇ, ਅਗਲਾ ਆਪਣੇ ਮੰਜ਼ਿਲ 'ਤੇ ਪਹੁੰਚੇ। ਆ ਬੱਸ ਦੇ ਹਾਲਾਤ ਵੀ ਤੁਸੀਂ ਵੇਖ ਸਕਦੇ ਹੋ ਕਿ ਬਣੇ ਹੋਏ ਨੇ। ਸੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਕਿ ਕਿਸ ਤਰੀਕੇ ਨਾਲ ਬੱਸਾਂ ਦੇ ਹਾਲਾਤ ਨੇ ਜਿਹੜੇ ਉਹ ਵੀ ਦੇਖੋ ਕਿਵੇਂ ਕਿ ਖਰਾਬ ਹੋਏ ਪਏ ਨੇ, ਸਾਰੀ ਬੱਸ ਆ ਜਿਹੜੀ ਕਿ ਖਰਾਬ ਹੋਈ ਪਈ ਆ, ਸ਼ੀਸ਼ੇ ਨੇ ਜਿਹੜੇ ਸ਼ੀਸ਼ੇ ਵੀ ਬਿਲਕੁਲ ਖਰਾਬ ਹੋਏ ਪਏ ਨੇ। ਟਾਇਰਾਂ ਦੀ ਗੱਲ ਕਰੀਏ, ਟਾਇਰਾਂ ਦੀਆਂ ਤਸਵੀਰਾਂ ਦਿਖਾਈਆਂ ਤੁਹਾਨੂੰ, ਟਾਇਰ ਵੀ ਬਿਲਕੁਲ ਖਰਾਬ ਹੋਏ ਪਏ ਨੇ ਅਤੇ ਆਧਾਰ ਕਾਰਡ ਵੀ ਬੀਬੀਆਂ ਨੇ ਤੋੜੇ ਹੋਏ ਨੇ ਸ਼ੀਸ਼ੇ, ਇਹ ਭਰ ਭਰ ਕੇ ਜਾਂਦੀ ਗੱਡੀ, ਉਹ ਖੁੱਲ ਦੇਣੀ ਸ਼ੀਸ਼ੇ ਜੀ। ਡਰਾਈਵਰ ਮੇਰਾ ਰਿਟਾਇਰਮੈਂਟ ਦੇ ਨੇੜੇ ਆ ਜੀ, ਇਹ ਕੱਚੀ ਨੌਕਰੀ ਕਰ ਰਿਹਾ ਬੰਦਾ, ਦੇਣ ਵਾਲੀਆਂ ਸਹੂਲਤਾਂ ਨੇ ਇਹਨੂੰ ਵਿਚਾਰੇ ਨੂੰ ਪੱਕਾ ਕੀਤਾ ਜਾਵੇ। ਹੁਣ ਤੁਸੀਂ ਇਹਨਾਂ ਦੀ ਉਮਰ ਦੇਖ ਚੁੱਕੇ ਆ, ਇਹ ਕੱਚੀ ਨੌਕਰੀ ਕਰ ਰਿਹਾ ਵਿਚਾਰਾ, ਕੀ ਇਹ ਆਪਣੀ ਕੱਚੇ ਬੰਦੇ ਦੀ ਕੀ 10-12 ਹਜ਼ਾਰ ਤਨਖਾਹ ਨਾਲ ਆਪਣਾ ਘਰ ਤੋਰਦਾ ਹੋਊਗਾ, ਕੀ ਕਰਦਾ ਹੋਊਗਾ? ਜਿਹੜੇ ਕਾਨੂੰਨ ਦੇ ਉੱਤੇ ਹੁਣ ਧਿਆਨ ਦਿੱਤਾ ਗਿਆ ਵਾ, ਪੰਜਾਬ ਟਰਾਂਸਪੋਰਟ ਵਿਭਾਗ ਆ ਜਿਹੜਾ, ਉਹਦੇ ਵੱਲੋਂ ਹਨਾ ਧਿਆਨ ਦਿੱਤਾ ਗਿਆ ਕਿ ਜਿਹੜੀਆਂ ਜਿੰਨੀਆਂ ਸੀਟਾਂ ਨੇ ਜਿਹੜੀਆਂ ਬੱਸ ਦੇ ਵਿੱਚ ਹੋਣਗੀਆਂ, ਉਨੀਆਂ ਹੀ ਸਵਾਰੀਆਂ ਨੇ ਜਿਹੜੀਆਂ ਬੱਸ 'ਚ ਸਫ਼ਰ ਕਰਨਗੀਆਂ, ਕਿਵੇਂ ਵੇਖ? ਬਹੁਤ ਵਧੀਆ ਫੈਸਲਾ ਜੀ, ਮੈਂ ਕਹਿੰਦਾ ਸੀ ਇਹਨਾਂ ਦਾ ਸਵਾਗਤ ਕਰਦੇ ਹਾਂ, ਵਧੀਆ ਸਰਕਾਰ ਨੇ ਕੀਤਾ ਜਾਂ ਯੂਨੀਅਨਾਂ ਨੇ ਕੀਤਾ, ਇਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ। ਪਹਿਲਾਂ ਲੜਾਈ ਝਗੜੇ ਹੁੰਦੇ ਸੀਗੇ, ਉਹ ਘਟਣਗੇ, ਅਤੇ ਬਾਕੀ ਜਿਹੜਾ ਵੀ ਹੈਗਾ ਅੱਗੇ ਹਾਦਸੇ ਹੁੰਦੇ ਸੀ ਉਹਨਾਂ ਤੋਂ ਵੀ ਬਚਾ ਰਹੂਗਾ, ਅਤੇ ਸਾਡੇ ਪ੍ਰਾਈਵੇਟ 'ਚ ਜਿਹੜੀਆਂ ਬੱਸਾਂ ਇਹਨਾਂ 'ਚ ਵੀ 4 ਸਵਾਰੀਆਂ ਚੜ੍ਹ ਲੈਣਗੀਆਂ। ਅੱਗੇ ਤਾਂ ਬਹੁਤ ਔਖਾ ਸੀ ਕੰਮ ਜੀ, ਡੀਜ਼ਲ ਵੀ ਨਹੀਂ ਇਹਨਾਂ ਦਾ ਪੂਰਾ ਹੁੰਦਾ ਸੀਗਾ, ਉਹ 'ਚ ਹੁਣ 100-100 ਸਵਾਰੀ ਹੁੰਦੀ ਸੀ, 10-10 ਸਵਾਰੀਆਂ ਹੁੰਦੀਆਂ ਸੀ, ਅਤੇ ਹੁਣ ਚਲੋ ਜੇ ਬਰਾਬਰ ਚੱਲਿਆ ਕੰਮ ਤਾਂ ਠੀਕ ਆ ਜੀ, ਤਾਂ ਧੰਨਵਾਦ ਕਰਦੇ ਹਾਂ ਜੀ। ਤੁਹਾਨੂੰ ਕੀ ਲੱਗਦਾ ਕਿ ਇੱਦਾਂ ਸਰਕਾਰ ਜਿਹੜੀਆਂ ਸਵਾਰੀਆਂ ਨੇ ਉਹਨਾਂ ਦੇ ਵਿੱਚ ਲੜਾਈਆਂ ਨਹੀਂ ਹੋਣਗੀਆਂ? ਜਿਵੇਂ ਸਭ ਨੇ ਆਪਦੇ ਕੰਮ ਜਾਣਾ ਹੁੰਦਾ, ਸਭ ਦੇ ਲਈ ਆਪਦਾ ਕੰਮ ਜ਼ਰੂਰੀ ਹੁੰਦਾ ਵਾ, ਹੈ ਨਾ ਵੀ ਉਹਨਾਂ ਨੇ ਕਹਿਣਾ ਵੀ ਪਹਿਲਾਂ ਮੈਂ ਜਾਣਾ ਜਾਂ ਮੈਂ ਜਾਣਾ, ਇੱਦਾਂ ਕਰਕੇ ਬਾਕੀ ਸਵਾਰੀਆਂ ਹੈ ਨਾ ਵੇਟ ਕਰਦੀਆਂ ਰਹਿਣਗੀਆਂ। ਨਹੀਂ ਇਹ ਵੇਟ ਵਾਲਾ ਚੱਕਰ ਇੱਦਾਂ ਜੀ, ਹੁਣ ਕੱਲ੍ਹ ਦਾ ਜਿਹੜੀਆਂ ਕੰਮ ਵਾਲੀਆਂ ਜਨਾਨੀਆਂ ਲੇਡੀਜ਼ ਉਹੀ ਰਹਿ ਗਈਆਂ ਆਉਣ ਵਾਲੀਆਂ, ਜਿਹੜੀਆਂ ਉੱਦਾਂ ਆਉਂਦੀਆਂ ਸੀ ਲਾਟਰੀ ਪਾਉਣ ਇੱਥੇ ਜਾਂ ਕੱਪੜੇ ਲੈਣ, ਉਹ ਕੰਮ ਘੱਟ ਗਿਆ ਹੁਣ। ਲਾਟਰੀ ਪਾਉਣ ਕੱਪੜੇ ਲੈਣ ਕਿੱਦਾਂ? 20-20 ਰੁਪਏ ਇਕੱਠੇ ਕਰਕੇ 25-25 ਬੁੜੀਆਂ ਆ ਜਾਂਦੀਆਂ ਇੱਥੇ ਗਾਂਧੀ ਲਾਟਰੀ ਵਾਲਿਆਂ ਦੇ ਲਾਟਰੀ ਪਾਉਣ। ਅੱਛਾ, ਹੋਰ ਇੱਥੇ ਤੁਰੀਆਂ ਹੁੰਦੀਆਂ ਤਾਂ ਇੱਧਰ ਕਿੱਧਰ ਚੱਲੀਆਂ ਲਾਟਰੀ ਪਾ ਕੇ ਆਈਆਂ ਪੁੱਤ ਜੀ, ਉਹ ਕਿਸਮਤ ਵੀ ਜਮਾਉਂਦੀਆਂ ਨਾਲ ਆਧਾਰ ਕਾਰਡ ਦੇ, ਸਬਜ਼ੀ ਲੈਣੇ ਤੇ ਆਉਂਦੀਆਂ ਲੁਧਿਆਣੇ 50-50 ਕਿਲੋਮੀਟਰ ਤੋਂ ਬੁੜੀਆਂ। ਹੋਰ ਫ੍ਰੀ ਆਧਾਰ ਕਾਰਡ ਦੇ ਸਫ਼ਰ, ਆਧਾਰ ਕਾਰਡ ਦੇ ਜਿਹੜਾ ਸਫ਼ਰ ਫ੍ਰੀ ਕੀਤਾ ਹੋਇਆ ਉਹਦਾ ਫਾਇਦਾ ਚੱਕ ਲਿਆ। ਹੋਰ ਜੀ, ਸੇਲ ਤੋਂ 80-80 ਰੁਪਏ ਵਾਲੇ ਸੂਟ ਲੈ ਕੇ ਪਿੰਡ ਜਾ ਕੇ 300-300 ਦੇ ਵੇਚਦੀਆਂ, ਮੈਂ ਆਪਦੇ ਸੂਟ ਲੈ ਜਾਂਦੀਆਂ, ਮੈਂ ਗਾਹਾਂ 300-300 ਸੂਟ ਵੇਚਦੇ, ਬਾਬਿਆਂ ਦੇ ਜਾਂਦੀਆਂ ਜਿੱਥੇ ਪੁੱਛਾਂ ਮਿਲਦੀਆਂ, ਕਦੇ ਕਿਸੇ ਬਾਬੇ ਦੇ, ਚੱਲ ਆਪਾਂ ਧਾਰਮਿਕ ਕਾਹਨੂੰ ਉਹ ਕਰਨਾ, ਕਦੇ ਕਿਸੇ ਦੇ ਕਦੇ ਕਿਸੇ ਦੇ, ਇਹ ਬੁੜੀਆਂ ਨੇ ਤਾਂ ਬਸ ਐਂ ਸਮਝ ਲਿਆ ਸੀ ਵੀ ਚਲੋ ਫ੍ਰੀ ਆ ਤਾਂ ਫ੍ਰੀ ਆ, ਮਤਲਬ ਲਾਟਰੀ ਲਵਾਈ ਹੋਈ ਸੀ ਆਧਾਰ ਕਾਰਡ ਨੇ ਵੀ ਬਿਨਾਂ ਕੰਮ ਤੋਂ ਵੀ ਬਾਹਰ ਨਿਕਲੀ ਜਾਓ। ਹਾਂਜੀ, ਇਹ ਲਾਟਰੀ ਵਾਲਾ ਕੰਮ ਹੀ ਸੀ ਜੀ ਪੂਰਾ ਜੀ, ਤੇ ਹੁਣ ਅੱਜ ਮੈਂ ਕਹਿੰਦਾ ਵੀ ਜਿਹੜੀਆਂ ਬੁੜੀਆਂ ਅੱਜ ਕੰਮਕਾਰ ਵਾਲੀਆਂ ਹੀ ਆਈਆਂ, ਕੋਈ ਫਾਲਤੂ 1-2% ਹੀ ਹੋਣਾ, ਅੱਗੇ ਤਾਂ ਪੂਰੀ ਲਾਈਨ ਲੱਗੀ ਹੁੰਦੀ ਆ, ਦੇਖੋ ਬੱਸ ਸਟੈਂਡ ਸੁੰਨਾ ਸੁੰਨਾ ਪਿਆ ਜੀ, ਇਹ ਬੁੜੀਆਂ ਨੂੰ ਹੁਣ ਕੱਲ੍ਹ ਦਾ ਪਤਾ ਲੱਗ ਗਿਆ, ਸੋਸ਼ਲ ਮੀਡੀਆ 'ਤੇ ਵੀ ਐਕਟਿਵ ਹੈਗੀਆਂ ਨਾ ਜੀ, ਅਤੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਆਹ ਕੰਮ ਅੱਜ ਆ ਹੋ ਗਿਆ ਜੀ, ਵੀ ਹੁਣ ਪੈਸੇ ਲੱਗਣਗੇ ਗੂਗਲ ਪੇ ਕਰਾਉਣੇ ਪੈਣੇ ਆ, ਅਤੇ ਤਾਂ ਕੰਮ ਔਖਾ ਹੋ ਗਿਆ ਜੀ। ਅਸੀਂ ਪੂਰਾ, ਹਾਂ ਪੂਰਾ ਸਲਾਂਘਾ ਜੋ ਕਦਮ ਆ ਸਰਕਾਰ ਦਾ, ਯੂਨੀਅਨ ਦਾ, ਅਸੀਂ ਪੂਰੇ ਖੁਸ਼ ਹਾਂ ਜੀ।
ਧੰਨਵਾਦ ਆ ਜੀ ਇਹਨਾਂ ਦਾ। ਕੋਈ ਸਲਾਹ ਦੇਣੀ ਚਾਹੁੰਦੇ ਹੋ? ਸਲਾਹ ਵਾਸਤੇ ਮੈਂ ਦੱਸਤਾ ਜੀ, ਮੈਂ ਦੂਜੇ ਵੀਰਾਂ ਨੂੰ ਵੀ ਦੱਸ ਕੇ ਹਟਿਆ ਵੀ ਜਿਵੇਂ 600 ਯੂਨਿਟ ਫ੍ਰੀ ਕੀਤੀ ਆ, ਇੱਦਾਂ ਬੁੜੀਆਂ ਦੇ ਵੀ 600 ਕਿਲੋਮੀਟਰ ਫ੍ਰੀ ਕਰ ਦੇਣ। ਪਤਾ ਤਾਂ ਲੱਗੇ ਵੀ ਬੁੜੀ ਨੂੰ ਵੀ ਕਿੰਨੇ ਕਿਲੋਮੀਟਰ ਰਹਿ ਗਏ ਮੇਰੇ, ਹੁਣ ਸਮਝੇ ਗੱਲ ਨਾ। ਇਹਦਾ ਹੁਣ ਮੰਨ ਲਓ 2-2, 4-4 ਹਜ਼ਾਰ ਕਿਲੋਮੀਟਰ ਸਫ਼ਰ ਕਰ ਲੈਂਦੀਆਂ ਮਹੀਨੇ 'ਚ। ਪਤਾ ਲੱਗੇ ਬੁੜੀਆਂ ਨੂੰ ਵੀ ਕਿੰਨੇ ਕਿਲੋਮੀਟਰ ਰਹਿ ਗਏ ਵੀ ਭਾਈ ਮੇਰਾ ਗਾਹਾਂ ਕਿਰਾਇਆ ਲੱਗੂਗਾ। ਹੁਣ ਆਪਣੇ ਘਰ ਯੂਨਿਟਾਂ ਜਿਹੜੀਆਂ ਮੱਚਦੀਆਂ ਆਪਾਂ ਦੇਖ ਕੇ ਉਹ ਕਰਦੇ ਹਾਂ ਨਾ ਵੀ ਭਾਈ ਇੰਨਾ ਰਹਿ ਗਿਆ ਬਿਜਲੀ, ਉਸ ਹਿਸਾਬ ਨਾਲ ਆਪਾਂ ਕਰੀਏ ਜ਼ਰੂਰੀ ਕੰਮ ਨੂੰ ਬਾਹਰ ਨਿਕਲਣਾ। ਹਾਂਜੀ ਜੀ, ਮੈਂ ਸਲਾਹਾਂ 1-2 ਹੋਰ ਵੀ ਹੈਗੀਆਂ, ਚੱਲ ਕਦੇ ਵਿਹਲਾ ਟਾਈਮ ਹੋਵੇ ਫਿਰ ਦੱਸਾਂਗੇ ਵੀ ਇਹ ਮਾਨ ਸਾਹਿਬ ਨੂੰ ਇਹ ਸਲਾਹ ਵੀ 1 ਕਿਲੋਮੀਟਰਾਂ ਦਾ ਹਿਸਾਬ ਕਿਤਾਬ ਮਾੜਾ ਰੱਖਣ ਜੀ ਧਿਆਨ ਜੀ। ਹਾਂਜੀ, ਸੋ ਗੱਲਬਾਤ ਕੀਤੀ ਇੱਥੇ ਬੱਸ ਸਟੈਂਡ ਦੇ ਉੱਤੇ ਸਾਰਿਆਂ ਦੇ ਨਾਲ। ਤੁਸੀਂ ਸੁਣਿਆ ਕਿ ਸਭ ਦੀ ਆਪਣੀ ਆਪਣੀ ਰਾਏ ਹੈ, ਅਤੇ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਡਰਾਈਵਰ ਨੇ, ਕੰਡਕਟਰ ਨੇ, ਉਹਨਾਂ ਦਾ ਕਹਿਣਾ ਕਿ ਬਹੁਤ ਚੰਗਾ ਕੰਮ ਹੋਇਆ, ਬੜਾ ਸ਼ਲਾਘਾਯੋਗ ਕੰਮ ਹੈ ਕਿ ਜੋ ਇਹ ਯੂਨੀਅਨ ਦੇ ਵੱਲੋਂ ਫੈਸਲਾ ਲਿੱਤਾ ਗਿਆ ਕਿ ਜਿੰਨੀਆਂ ਬੱਸ ਦੇ ਵਿੱਚ ਸੀਟਾਂ ਨੇ ਉਨੀਆਂ ਸਵਾਰੀਆਂ ਹੀ ਬੱਸ ਦੇ ਵਿੱਚ ਸਫ਼ਰ ਕਰਨਗੀਆਂ, ਕਿਉਂਕਿ ਇਸ ਦੇ ਨਾਲ ਜਿਹੜੀ ਧੱਕਾ ਮੁੱਕੀ ਬੱਸਾਂ ਦੇ ਵਿੱਚ ਹੁੰਦੀ ਸੀਗੀ, ਜਿਹੜੇ ਲੜਾਈਆਂ ਬੱਸ ਦੇ ਵਿੱਚ ਆਏ ਦਿਨ ਵੇਖਣ ਨੂੰ ਮਿਲਦੀਆਂ ਸੀ, ਆਧਾਰ ਕਾਰਡ ਦੇ ਕਾਰਨ ਜਿਹੜੀਆਂ ਬੀਬੀਆਂ ਆਪਸ ਦੇ ਵਿੱਚ ਲੜਾਈਆਂ ਕਰਦੀਆਂ ਸੀ, ਕਹਿੰਦੇ ਕਿਤੇ ਨਾ ਕਿਤੇ ਉਹ ਵੇਖਣ ਨੂੰ ਘੱਟ ਗਈਆਂ ਨੇ, ਕਿਉਂਕਿ ਹੁਣ ਜਿਹੜੀਆਂ ਕੰਮ ਕਾਰਾਂ ਵਾਲੀਆਂ ਬੀਬੀਆਂ ਨੇ ਉਹੀ ਘਰਾਂ ਦੇ ਵਿੱਚੋਂ ਬਾਹਰ ਨਿਕਲਣ ਸੀ। ਕਹਿੰਦੇ ਨਹੀਂ ਤਾਂ ਸਬਜ਼ੀ ਲੈਣ ਜਾਂ ਕੱਪੜੇ ਖਰੀਦਣ ਵੀ ਜਿਹੜੀਆਂ ਬੀਬੀਆਂ ਨੇ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਆ ਜਾਂਦੀਆਂ ਸੀਗੀਆਂ। ਅਤੇ ਤੁਹਾਨੂੰ ਇਹ ਸਰਕਾਰ ਦਾ ਕੰਮ ਕਿਸ ਤਰੀਕੇ ਦਾ ਲੱਗਿਆ, ਯੂਨੀਅਨ ਦਾ ਕੰਮ ਇਹ ਕਿਵੇਂ ਦਾ ਲੱਗਿਆ ਕਿ ਸੀਟਾਂ ਦੇ ਅਨੁਸਾਰ ਹੀ ਬੱਸ ਦੇ ਵਿੱਚ ਸਫ਼ਰ ਹੈ ਜਿਹੜਾ ਹੋਏਗਾ? ਕੋਈ ਵੀ ਜਿਹੜਾ ਸਫ਼ਰ ਕਰ ਰਿਹਾ ਵਾ, ਨਾ ਤਾਂ ਉਹ ਖੜ੍ਹਾ ਹੋ ਕੇ ਜਾਏਗਾ, ਨਾ ਉਸਨੂੰ ਵਾਧੂ ਸੀਟ ਆ ਜਿਹੜੀ ਕਿ ਮਿਲੇਗੀ, ਤਾਂ ਜਿਹੜੀ ਸੀ ਬੱਸ ਫੁੱਲ ਹੋ ਜਾਵੇਗੀ ਉਸ, ਤਾਂ ਉਹ ਕੋਈ ਹੋਰ ਬੰਦਾ ਵਾ ਜਿਹੜਾ ਕਿ ਬੱਸ ਦੇ ਵਿੱਚ ਨਹੀਂ ਚੜ੍ਹਾ ਪਾਏਗੀ। ਅਤੇ ਇਹ ਤੁਹਾਨੂੰ ਫੈਸਲਾ ਕਿਸ ਤਰ੍ਹਾਂ ਦਾ ਲੱਗਿਆ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ।